ਸਾਡੇ ਅਸਲ ਦੇ ਵਿੱਚ ਨਾ ਸਾਡਾ ਜਿਹੜਾ ਭਾਈਚਾਰਾ ਪੰਜਾਬ ਦਾ ਉਹਦੇ ਰਿਸ਼ਤੇਦਾਰੇ ਵੀ ਸਾਰਿਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਉਹਨਾਂ ਦੇ ਗੇੜਾ ਵੀ ਉਧਰੋਂ ਲੱਗਦੇ ਜਿਹੜੇ ਉਂ ਘੁੰਮ ਫਿਰ ਕੇ ਆਏ ਉਹ ਵੀ ਉਧਰ ਹੀ ਘੁੰਮ ਫਿਰ ਕੇ ਆਇਆ ਉਹਨਾਂ ਕੋਲ ਜ਼ਮੀਨਾਂ ਬਹੁਤ ਖੁੱਲੀਆਂ ਨੇ ਉਹਨਾਂ ਕੋਲ ਮਸ਼ੀਨਰੀ ਬਹੁਤ ਵੱਡੀ ਆ ਉਹੀ ਵੱਡੀ ਮਸ਼ੀਨਰੀ ਵੱਡੇ ਟਰੈਕਟਰ ਦੇਖ ਕੇ ਆਪਣਾ ਦਿਲ ਕਰਦਾ ਵੀ ਸਾਡੇ ਕੋਲ ਆ ਵੱਡੇ ਵੱਡੇ ਮਸ਼ੀਨਾਂ ਹੋਣ ਪਰ ਜਿਹੜੀ ਸਾਡੀ ਖੇਤੀ ਆ ਉਹ ਹੈਗੀ ਚైనా ਜਾਪਾਨ ਪੂਰੀਆ ਦੇ ਨਾਲ ਮਿਲਦੀ ਜੁਲਦੀ ਸਾਨੂੰ ਜਿਹੜੇ ਫਾਰਮਰ ਬਣੇ ਜਾਂ ਆਫੀਸਰਦ ਨੇ ਉਧਰ ਲਈ ਟੂਰ ਕੱਢ ਕੇ ਉਧਰ ਲਈ ਫਾਰਮ ਨੂੰ ਵਿਜ਼ਿਟ ਕਰਕੇ ਉਧਰ ਲਈ ਮਸ਼ੀਨਰੀ ਤੇ ਜਾਣਾ ਪਊਗਾ ਜੇ ਤੁਸੀਂ ਫਾਰਮ ਨੂੰ ਬਚਾਉਣਾ ਆਦਰਵਾਇਜ਼ ਤਾਂ ਜਿਹੜਾ ਹੋ ਰਿਹਾ ਸਿਸਟਮ ਇਹ ਵੀ ਛੋਟੇ ਫਾਰਮ ਖਤਮ ਹੋਣ ਦੇ ਕੰਢੇ ਨੇ ਤੇ ਹੋ ਰਏ ਨੇ ਦਸਾਂ ਸਾਲਾਂ ਚ ਹੋਰ ਖਤਮ ਹੋ ਜਾਣਗੇ ਤੇ ਵੱਡੇ ਵਾਲੇ ਤਾਂ ਚੱਲਦੇ ਰਹੇ ਨੇ ਉਹਨਾਂ ਲਈ ਵੱਡੀ ਮਸ਼ੀਨਰੀ ਉਪਲਬਧ ਹੈਗੀ ਆ ਵੱਡੇ ਉਹਨਾਂ ਕੋਲ ਉਹਨੇ ਸਾਰਾ ਕੁਝ ਲੋਨ ਵੀ ਮਿਲ ਜਾਂਦਾ ਹੈ ਵੱਡਾ ਸਾਰਾ ਕੁਝ ਹੋ ਜਾਣਾ ਤਾਂ ਵੱਡੇ ਲੈਵਲ ਦੇ ਉੱਤੇ ਵੱਡੇ ਫਿਰ ਉਹਨਾਂ ਦੀ ਇੱਕ ਤਰ੍ਹਾਂ ਨਾਲ ਕਾਰਪੋਰੇਟ ਕੋਲੇ ਖੇਤੀ ਜਾਣ ਦਾ ਇੱਕ ਘਾਰ ਤੇ ਖੜੀ ਆ ਹੁਣ ਉਹ ਚੱਲੇ ਵੀ ਜਾਣੀਏ ਜੇ ਇਹੀ ਹਾਲਤ ਰਹੇ ਛੋਟੇ ਫਾਰਮਰ ਜਦੋਂ ਛੋਟੇ ਫਾਰਮਰ ਨਹੀਂ ਜੁੜ ਰਹੇ ਛੋਟੇ ਫਾਰਮਰ ਖਤਮ ਹੋ ਰਹੇ ਨੇ ਤਾਂ ਫਿਰ ਉਹਦਾ ਕੋਈ ਹੱਲ ਨਹੀਂ